जी 16/1/23 ਨੂੰ ਸਾਡੇ ਪਹਾੜੀਪੁਰ ਇੱਕ ਸਨੈਚਿੰਗ ਦੀ ਵਾਰਦਾਤ ਹੋਈ ਜਿਹਦੇ ਵਿੱਚ ਇੱਕ ਕੁੜੀ ਨੇ ਆਪਣੇ ਏਟੀਐਮ ਦੇ ਵਿੱਚੋਂ ਪੈਸੇ ਵਿਦਡ੍ਰਾ ਕਰਕੇ ਜਾ ਰਹੀ ਸੀ ਘਰ ਨੂੰ ਉਹਦੇ ਵਿੱਚ ਇਸ ਇਹਨਾਂ ਦੋਵਾਂ ਨੌਜਵਾਨਾਂ ਨੇ ਸਪਲੈਂਡਰ ਮੋਟਰਸਾਈਕਲ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਪਰਸ ਖੋ ਕੇ ਸਨੈਚਿੰਗ ਕਰਕੇ ਭੱਜ ਗਏ ਜਦੋਂ ਭੱਜ ਗਏ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਫਰਦਰ ਅਸੀਂ ਟੀਮਾਂ ਸਟਾਰਟ ਕੀਤੀਆਂ ਪੂਰੀ ਇਨਵੈਸਟੀਗੇਸ਼ਨ ਤਹਿਕੀਕਾਤ ਕੀਤੀ ਸਾਨੂੰ ਦੋ ਬੰਦੇ ਆਈਡੈਂਟੀਫਾਈ ਹੋ ਗਏ ਜੋ ਕਿ ਥਾਣਾ ਮੇਗੋਵਾਲ ਤੇ ਭਲਾਦ ਥਾਣੇ ਦੇ ਨਾਲ ਸੰਬੰਧਿਤ ਹਨ ਅੱਜ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਇਹਦੇ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ ਇਹਨਾਂ ਦੇ ਖਿਲਾਫ ਅਕਾਸ਼ਦੀਪ ਦੇ ਉੱਪਰ ਦੋ ਪਰਚੇ ਪਹਿਲਾਂ ਹੀ ਹੈਗੇ ਨੇ 380-80-B ਦੇ ਇਹਨਾਂ ਦੇ ਕੋਲੋਂ ਸਾਨੂੰ ਇੱਕ ਸਪਲੈਂਡਰ ਮੋਟਰਸਾਈਕਲ ਇੱਕ 5000 ਰੁਪਇਆ ਕੈਸ਼ ਸਮ ਇੰਪੋਰਟੈਂਟ ਡਾਕੂਮੈਂਟ ਸੀ ਜੋ ਕਿ ਉਸ ਲੇਡੀ ਦੇ ਹੈਗੇ ਲੇਡੀ ਦੇ ਸੀਗੇ ਉਹ ਸਾਰੇ ਸਾਨੂੰ ਇਸੇ ਰਿਕਵਰ ਹੋ ਗਏ ਇੱਕ ਦਾ ਨਾਮ ਅਕਾਸ਼ਦੀਪ ਸਾਨੂੰ ਸਤਨਾਮ ਸਿੰਘ ਇੱਕ ਮੁਕੇਸ਼ ਕੁਮਾਰ ਸਾਨੂੰ ਜਗਦੀਸ਼ ਚੰਦ ਅਕਾਸ਼ਦੀਪ ਦੇ ਉੱਪਰ ਪਹਿਲੋਂ ਦੋ FIR ਦਰਜ ਹਨ ਥਾਣੇ ਬੇਗੋਵਾਲ ਅਤੇ ਪਲੱਸ ਦੇ ਵਿੱਚ ਅਤੇ 380-80-B ਵਾਲੇ ਹਨ ਇਸ ਤੋਂ ਇਲਾਵਾ ਇਹਨਾਂ ਨੇ ਸਾਡੇ ਏਰੀਏ ਦੇ ਵਿੱਚ ਥਾਣੇ ਕੁਤਵਾਲੀ ਦੇ ਵਿੱਚ ਦੋ ਵਾਰਦਾਤਾਂ ਹੋਰ ਕੀਤੀਆਂ ਹੋਈਆਂ ਹਨ ਇਹਨਾਂ ਨੂੰ ਹੁਣ ਕੱਲ੍ਹ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਵੇਗੀ।